ਇਹ ਟਰੈਕਟਰ ਬਣਾਉਣਾ ਤੇ ਮੂਰਤੀਆਂ ਬਣਾਉਣ ਦਾ ਸ਼ੌਂਕ ਤੁਹਾਨੂੰ ਕਦੋਂ ਤੋਂ ਪਿਆ ਹੈ? ਇਹ ਬਚਪਨ ਤੋਂ ਬਣਾਉਂਦੇ ਹੁੰਦੇ ਅਸੀਂ ਭੱਠੇ ਦੇ ਕੰਮ ਕਰਦੇ ਹੁੰਦੇ ਮਿੱਟੀ ਦਾ ਕੰਮ ਸੀ ਤੇ ਬਾਅਦ ਚੋਂ ਅਸੀਂ ਆਹ ਟਰੈਕਟਰ ਬਣਾਉਣ ਲੱਗ ਪਏ ਮੂਰਤੀਆਂ ਬਣਾਉਣ ਲੱਗ ਪਏ। दिमाग एक इंजीनियर की दिमाग की तरह काम करता छोटी उम्र के विच ते बाकी गॉड गिफ्ट है जी हर एक नूं नहीं मिलता है। ये बच्चे नूं निक्के जिहे हुंदे नहीं पै पिया चौंक जी ਤੇ ਨਿੱਕਾ ਜਿਹਾ ਹੁੰਦਾ ਬਣਾਉਂਦਾ ਬਣਾਉਂਦਾ ਵੀ ਉੱਥੇ ਭੱਠੇ 'ਚ ਕੰਮ ਕਰਦੇ ਸੀ ਅਤੇ ਉੱਥੇ ਨਿੱਕੀਆਂ ਨਿੱਕੀਆਂ ਖੇਡਾਂ ਬਣਾਉਂਦਾ ਬਣਾਉਂਦਾ ਅਤੇ ਉਹਦੇ ਤੋਂ ਭੱਠਾ ਬਣਾਉਣ ਲੱਗ ਪਿਆ। ਸਤਿ ਸ਼੍ਰੀ ਅਕਾਲ ਜੀ, ਗਲੋਬਲ ਪੰਜਾਬ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਦੱਸਦੀ ਹੈ ਕਿ ਇਸ ਮੌਕੇ ਅਸੀਂ ਫਿਰੋਜ਼ਪੁਰ ਦੇ ਪਿੰਡ ਮਾਛੀ ਬੁਗਰਾ ਵਿਖੇ ਮੌਜੂਦ ਹਾਂ, ਜਿੱਥੋਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਪਿਛਲੇ ਦਿਨੀਂ। ਇੱਕ ਬੱਚੇ ਵੱਲੋਂ ਜਿਹੜੀਆਂ ਟਰੈਕਟਰ ਜਿਹੜੇ ਸੋਲਰ ਸਿਸਟਮ 'ਤੇ ਚੱਲਣ ਵਾਲੇ ਬਣਾਏ ਜਾ ਰਹੇ ਆ, ਮੂਰਤੀਆਂ ਬਣਾਈਆਂ ਜਾ ਰਹੀਆਂ। ਅਸੀਂ ਪਹੁੰਚੇ ਹਾਂ ਪਿੰਡ ਮਾਛੀ ਬੁਗਰਾ ਵਿਖੇ, ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾ ਦਿੰਦੇ ਹਾਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਸ ਬੱਚੇ ਦਾ ਘਰ ਆ। ਅਗਰ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਘਰ ਦੇ ਹਾਲਾਤ ਬਹੁਤ ਮਾੜੇ ਆ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਉਸ ਤੋਂ ਪਹਿਲਾਂ ਤੁਹਾਨੂੰ ਕੁਝ ਤਸਵੀਰਾਂ ਦਿਖਾ ਦਿੰਦੇ ਹਾਂ ਜੋ ਚੀਜ਼ਾਂ ਉਸਨੇ ਆਪਣੇ ਹੱਥੀਂ ਤਿਆਰ ਕੀਤੀਆਂ ਹੋਈਆਂ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਸ਼ੀਨ ਤੋਂ ਲੈ ਕੇ ਟਰੈਕਟਰ ਅਤੇ ਮੂਰਤੀਆਂ ਤੱਕ ਜਿਹੜੇ ਤਿਆਰ ਕੀਤੇ ਹੋਏ ਹੋਏ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੜ੍ਹਾਈ ਦੇ ਨਾਲ ਨਾਲ ਇਸ ਬੱਚੇ ਵੱਲੋਂ ਆਪਣਾ ਸ਼ੌਂਕ ਵੀ ਪੂਰਾ ਕੀਤਾ ਜਾ ਰਿਹਾ। ਤਾਂ ਸਾਡੇ ਨਾਲ ਕੁਝ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਹੈ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਨਾਂ ਤੁਹਾਡਾ? ਪਵਨਦੀਪ ਸਿੰਘ। ਪਵਨਦੀਪ ਜੀ, ਕਿੰਨੀ ਉਮਰ ਹੈ ਤੁਹਾਡੀ? 15 ਸਾਲ। ਕਿਹੜੀ ਕਲਾਸ 'ਚ ਪੜ੍ਹਦੇ ਹੋ? 7ਵੀਂ 'ਚ। ਇਹ ਟਰੈਕਟਰ ਬਣਾਉਣ ਅਤੇ ਮੂਰਤੀਆਂ ਬਣਾਉਣ ਦਾ ਸ਼ੌਂਕ ਤੁਹਾਨੂੰ ਕਦੋਂ ਤੋਂ ਪਿਆ ਹੈ? ਇਹ ਬਚਪਨ ਤੋਂ ਬਣਾਉਂਦੇ ਹੁੰਦੇ ਜੀ, ਅਸੀਂ ਭੱਠੇ 'ਤੇ ਕੰਮ ਕਰਦੇ ਹੁੰਦੇ ਜੀ, ਮਿੱਟੀ ਦਾ ਕੰਮ ਸੀਗਾ ਜੀ, ਅਤੇ ਬਾਅਦ 'ਚੋਂ ਅਸੀਂ ਆਹ ਟਰੈਕਟਰ ਬਣਾਉਣ ਲੱਗ ਗਏ, ਮੂਰਤੀਆਂ ਬਣਾਉਂਦੇ ਹੁੰਦੇ। ਹੁਣ ਤੱਕ ਕਿੰਨਾ ਜਿਹੜਾ ਸਮਾਨ ਤੁਸੀਂ ਤਿਆਰ ਕਰ ਚੁੱਕੇ ਆ? ਆਹ ਵਾਹਵਾ ਮੂਰਤੀਆਂ ਅਤੇ 3-4 ਟਰੈਕਟਰ ਆ ਜੀ। ਇਹ ਜਿਹੜੇ ਤੁਸੀਂ ਟਰੈਕਟਰ ਤਿਆਰ ਕੀਤੇ ਆ, ਇਹ ਬੈਟਰੀ 'ਤੇ ਚੱਲਦੇ ਆ ਜਾਂ ਵੈਸੇ ਹੀ ਤੁਸੀਂ ਤਿਆਰ ਕੀਤੇ ਹੋਏ ਆ? ਇਹ ਬੈਟਰੀ 'ਤੇ ਵੀ ਚੱਲਦੇ ਆ ਜੀ, ਸੋਲਰ ਸਿਸਟਮ 'ਤੇ ਚੱਲਦੇ, ਪਲੇਟ 'ਤੇ ਚੱਲਦੇ ਦੂਜੇ। ਇਸ ਤੋਂ ਇਲਾਵਾ ਹੋਰ ਵੀ ਕੁਛ ਕਰਦੇ ਹੋ ਤੁਸੀਂ? ਹੋਰ ਤਾਂ ਮੂਰਤੀਆਂ ਬਣਾਉਂਦੇ ਜੀ ਅਤੇ ਟਰੈਕਟਰ ਬਸ ਅਤੇ ਪੜ੍ਹਾਈ ਕਰਦੇ। ਤਾਂ ਸਾਡੇ ਨਾਲ ਕੁਝ ਪਿੰਡ ਵਾਸੀ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਨਾਂ ਬਾਈ ਜੀ ਤੁਹਾਡਾ? ਸੇਵਕ ਸਿੰਘ ਆ ਜੀ। ਸੇਵਕ ਸਿੰਘ ਜੀ, ਇਸ ਬੱਚੇ ਬਾਰੇ ਕੀ ਕਹਿਣਾ ਚਾਹੋਗੇ? ਕਹਿੰਦੇ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਕੋਈ, ਪਰ ਪੜ੍ਹਾਈ ਦੇ ਨਾਲ ਨਾਲ ਉਹ ਆਪਣਾ ਸ਼ੌਂਕ ਵੀ ਪੂਰਾ ਕਰ ਰਿਹਾ, ਇੰਨੀ ਮਿਹਨਤ ਕਰ ਰਿਹਾ, ਕੀ ਕਹਿਣਾ ਚਾਹੋਗੇ? ਮੈਨੂੰ ਤਾਂ ਇਹ ਬਹੁਤ ਚੰਗਾ ਲੱਗਦਾ ਜੀ, ਕਿਉਂਕਿ ਇਹਦਾ ਦਿਮਾਗ ਇੱਕ ਇੰਜੀਨੀਅਰ ਦੀ ਦਿਮਾਗ ਦੀ ਤਰ੍ਹਾਂ ਕੰਮ ਕਰਦਾ ਛੋਟੀ ਜਿਹੀ ਉਮਰ ਦੇ ਵਿੱਚ, ਅਤੇ ਬਾਕੀ ਗੋਡ ਗਿਫਟ ਆ ਜੀ, ਹਰ ਇੱਕ ਨੂੰ ਨਹੀਂ ਮਿਲਦਾ ਇਹ ਕਿ ਹੁਣ ਹਰ ਇੱਕ ਚੀਜ਼ ਬਾਰੇ, ਮਤਲਬ ਕਿ ਇਹਨਾਂ ਦੇ ਘਰ ਜੇ ਤਾਂ ਆਪਾਂ ਕਹਿ ਦਈਏ ਵੀ ਆਪਣੇ ਘਰ ਕੋਈ ਮਸ਼ੀਨਰੀ ਆ, ਹੈ ਨਾ, ਕੋਈ ਟਰੈਕਟਰ ਵਗੈਰਾ ਹੈਗਾ, ਆਪਾਂ ਉਹਨੂੰ ਵੇਖ ਵੇਖ ਕੇ ਉਹਦੀ ਕਾਪੀ ਕਰ ਲੈਂਦੇ ਹਾਂ। ਹੁਣ ਇਹਨਾਂ ਦਾ ਘਰ ਤਾਂ ਤੁਸੀਂ ਵੇਖ ਹੀ ਲਿਆ, ਅਤੇ ਫਿਰ ਵੀ ਜਿਵੇਂ ਆਹ ਦੇਖ ਲਓ, ਹੈ ਨਾ ਜੀ, ਉਹਨੇ ਹਰ ਇੱਕ ਚੀਜ਼ ਉਹਨੇ ਮੁੰਡੇ ਨੇ ਲਗਾ ਰੱਖੀ ਇਹਦੇ 'ਚ, ਇਹਦੇ ਵਿੱਚ ਡੈੱਕ ਲਗਾ ਦਿੱਤਾ ਇਹਨੇ ਇੱਥੇ, ਹੈ ਨਾ, ਬਲੂਟੁੱਥ ਸਪੀਕਰ ਆਹ ਜੇ ਬਣਦਾ ਪਿਆ। ਸਭ ਤੋਂ ਵੱਡੀ ਗੱਲ ਆ ਦੇਖੋ ਵੀ ਇਹਦੇ ਕੁੰਡੇ ਨਹੀਂ ਹੁੰਦੇ ਆਪਣੇ ਹੱਥ ਪਾਉਣ ਵਾਸਤੇ ਛਤਰੀ, ਉਹ ਲਾ ਦੇ, ਹੈ ਨਾ, ਪੱਖਾ ਲਾ ਤਾ। ਇਹ ਚੀਜ਼ਾਂ ਗੋਡ ਗਿਫਟ ਹੀ ਆਪਾਂ ਕਹਿ ਸਕਦੇ, ਕਿਉਂਕਿ ਇੱਕ ਵਾਰੀ ਇਹਨੇ ਦੇਖਿਆ ਕਿਸੇ ਚੀਜ਼ ਨੂੰ, ਉਸ ਤੋਂ ਬਾਅਦ ਬਿਲਕੁਲ ਕਾਪੀ ਕਰਤੀ, ਫੋਟੋ ਸਟੇਟ ਕਰਤੀ, ਅਤੇ ਬਹੁਤ ਵਧੀਆ ਜੀ ਗੱਲ। ਚਲੋ ਮੈਂ ਤਾਂ ਇਹੀ ਕਹਿੰਦਾ ਵੀ ਬੱਚਾ ਜ਼ਿਆਦਾ ਤੋਂ ਜ਼ਿਆਦਾ ਤਰੱਕੀ ਕਰੇ ਆਉਣ ਵਾਲੇ ਸਮੇਂ 'ਚ, ਜੇ ਪੜ੍ਹਾਈ ਵਧੀਆ ਵਗੈਰਾ ਕਰੇਗਾ, ਹੈ ਨਾ, ਕੋਈ ਹੈਲਪ ਹੁੰਦੀ ਆ ਕੋਈ, ਅਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਬੀ ਟੈਕ ਵਗੈਰਾ ਕਰਕੇ ਹੋਰ ਵਧੀਆ ਇਹ
अगे जा सकता तरक्की कर सकता। तुसी पिंड वासी हो, अगर घर के हालातों की गल करिए घर के हालात किदा दे आ, इहदे मम्मी डैडी की कम करते आ? ਇਹ ਤਾਂ ਜੀ ਵਿਚਾਰੇ ਮਜ਼ਦੂਰੀ ਕਰਦੇ ਆ, ਪਹਿਲਾਂ ਭੱਠੇ ਦੇ ਕੰਮ ਕਰਦੇ ਹੁੰਦੇ ਸੀ ਇਹ, ਅਤੇ ਉਸ ਤੋਂ ਬਾਅਦ ਹੁਣ ਤਾਂ ਇੱਥੇ ਚਲੋ ਜੋ ਵੀ ਮਜ਼ਦੂਰੀ ਆ, ਅਤੇ ਅੱਜ ਕੱਲ੍ਹ ਆਪਾਂ ਨੂੰ ਪਤਾ ਹੀ ਇਹ ਕੰਮਾਂ ਦੇ ਸਾਰੇ ਠੱਪ ਹੀ ਪਏ ਆ, ਲੋਕਡਾਊਨ ਆ ਜਾਂ ਨੋਟਬੰਦੀ ਚੁੱਕ ਕਿਵੇਂ ਵੀ ਕਹਿ ਲਈਏ ਕਾਫੀ ਮੰਦਾ ਹੋਇਆ ਵਾ, ਫਿਰ ਵੀ ਚਲੋ ਇਹ ਬੱਚੇ ਦੀ ਮਦਦ ਕਰ ਰਹੇ ਆ ਇੰਨੀ ਗਰੀਬੀ ਹੋਣ ਦੇ ਬਾਵਜੂਦ ਵੀ। ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਮੈਂ ਤਾਂ ਇਹੀ ਅਪੀਲ ਕਰਨੀ ਚਾਹੁੰਦਾ ਵੀ ਜਿਵੇਂ ਪਹਿਲਾਂ ਹੀ ਦੱਸ ਚੁੱਕਿਆ ਵੀ ਜੇ ਇਹ ਬੱਚੇ ਨੂੰ ਕੋਈ ਹੈ ਨਾ ਚੰਗੀ ਪੜ੍ਹਾਈ ਮਿਲ ਜੇ, ਕੋਈ ਵਧੀਆ ਡਿਗਰੀ ਕਰ ਜੇ, ਆਉਣ ਵਾਲੇ ਸਮੇਂ 'ਚ ਚੰਗੀ ਤਰੱਕੀ ਕਰੂਗਾ, ਅਤੇ ਜੇ ਕੋਈ ਵੀਡੀਓ ਵੇਖ ਕੇ ਮਤਲਬ ਕਿ ਕੋਈ ਮਦਦ ਕਰਨਾ ਚਾਹੁੰਦਾ ਤਾਂ ਲਾਜ਼ਮੀ ਕਰੇ। ਸੇਵਕ ਸਿੰਘ ਜੀ, ਅਗਰ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਕਿ ਗਰੀਬਾਂ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਇਆ ਜਾ ਰਿਹਾ, ਸਮਾਰਟਫੋਨਾਂ ਦਾ ਨਾਮ ਦਿੱਤਾ ਜਾ ਰਿਹਾ, ਫਿਰ ਅਜਿਹੇ ਪਰਿਵਾਰਾਂ ਨੂੰ ਕਿਉਂ ਪਿੱਛੇ ਛੱਡਿਆ ਜਾ ਰਿਹਾ? ਦੇਖੋ ਜੀ, ਉਹ ਤਾਂ ਐਵੇਂ ਸਿਰਫ ਫਾਰਮੈਲਿਟੀਆਂ ਹੁੰਦੀਆਂ ਜੀ, ਜੋ ਕਿ ਸਰਕਾਰ ਨੇ ਆਪਦੀਆਂ ਵੋਟਾਂ ਖਾਤਰ ਕਰ ਲਈਆਂ ਹੁੰਦੀਆਂ, ਲੇਕਿਨ ਜੋ ਆਪਾਂ ਜੀਰੋ ਲੈਵਲ 'ਤੇ ਦੇਖੀਏ ਜੀ, ਗਰਾਊਂਡ ਲੈਵਲ ਦੀ ਗੱਲ ਕਰੀਏ ਆਪਾਂ, ਤਾਂ ਉੱਥੇ ਸਥਿਤੀ ਹੋਰ ਹੁੰਦੀ ਆ। ਇੱਥੇ ਤਾਂ ਸਭ ਕੁਛ ਆਪ ਹੀ ਕਰਨਾ ਪੈਂਦਾ ਜੀ, ਕਿਸੇ ਤੋਂ ਆਪਾਂ ਮਦਦ ਦੀ ਕੋਈ ਉਮੀਦ ਨਹੀਂ ਕਰ ਸਕਦੇ, ਚਾਹੇ ਸਰਕਾਰ ਹੋਵੇ ਜਾਂ ਕੋਈ ਕੁਛ ਵੀ ਆਪਾਂ ਕਹਿ ਸਕਦੇ ਹਾਂ। ਤਾਂ ਸਾਡੇ ਨਾਲ ਪਰਿਵਾਰਕ ਮੈਂਬਰ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਨਾਮ ਆ ਤਾਈ ਤੁਹਾਡਾ? ਮਲਕੀਤ ਕੌਰ ਜੀ। ਮਲਕੀਤ ਕੌਰ ਜੀ, ਤੁਹਾਡੇ ਬੱਚੇ ਨੂੰ ਕਦੋਂ ਤੋਂ ਸ਼ੌਕ ਪਿਆ ਅਤੇ ਹੁਣ ਤੱਕ ਕਿੰਨਾ ਸਮਾਨ ਬਣਾ ਚੁੱਕਿਆ? ਇਹ ਬੱਚੇ ਨੂੰ ਨਿੱਕੇ ਜਿਹੇ ਹੁੰਦੇ ਨਹੀਂ ਪਿਆ ਸ਼ੌਕ ਜੀ, ਅਤੇ ਨਿੱਕਾ ਜਿਹਾ ਹੁੰਦਾ ਬਣਾਉਂਦਾ ਬਣਾਉਂਦਾ ਵੀ ਉੱਥੇ ਭੱਠੇ 'ਤੇ ਕੰਮ ਕਰਦੇ ਸੀ, ਅਤੇ ਉੱਥੇ ਨਿੱਕੀਆਂ ਨਿੱਕੀਆਂ ਖੇਡਾਂ ਬਣਾਉਂਦਾ ਬਣਾਉਂਦਾ ਅਤੇ ਉਹਦੇ ਤੋਂ ਵੱਡੀਆਂ ਬਣਾਉਣ ਲੱਗ ਪਿਆ, ਹੁਣ ਗਾਂ ਮੂਰਤਾਂ ਕੱਚੀਆਂ ਬਣਾਉਂਦਾ ਬਣਾਉਂਦਾ ਹੁਣ ਵੱਡੀਆਂ ਬਣਾਉਣ ਲੱਗ ਪਿਆ। ਟਰੈਕਟਰ 4 ਟਰੈਕਟਰ ਤਿਆਰ ਕੀਤੇ ਆ, ਮਸ਼ੀਨ ਤਿਆਰ ਕੀਤੀ ਆ ਅਤੇ ਕਰਕੇ ਅਤੇ ਤਿਆਰ, ਹੁਣ ਵੀ ਅਸੀਂ ਆਹਨੇ ਵੀ ਵੱਧ ਤੋਂ ਵੱਧ ਇਹਨੂੰ ਤਰੱਕੀ ਬਖਸ਼ੇ ਮਾਲਕ, ਅਤੇ ਵੱਧ ਤੋਂ ਵੱਧ ਇਹਨੂੰ ਤਰੱਕੀ ਦਿਓ, ਅਤੇ ਵੱਧ ਤੋਂ ਵੱਧ ਸਰਕਾਰ ਮਦਦ ਕਰੇ, ਪਿੰਡ ਜਿੰਨੀ ਵੀ ਮਦਦ ਹੋ ਸਕਦੀ ਉੱਨੀ ਕਰੋ, ਗਰੀਬ ਆਦਮੀ ਆ, ਦਿਹਾੜੀ ਧੱਪੇ ਵਾਲੇ ਬੰਦੇ ਆ। ਅਗਰ ਘਰ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਘਰ ਦੇ ਹਾਲਾਤ ਕਿੱਦਾਂ ਦੇ ਆ? ਹਾਲਾਤ ਵੀ ਤੁਹਾਨੂੰ ਦਿਸੀ ਜਾਂਦੇ ਆ ਵੀ ਬਸ ਆਹ ਹੀ ਆ, ਗਰੀਬੀ ਦਾਅਵੇ 'ਤੇ ਜੋ ਚੰਗੇ ਮਾੜੇ ਟਾਈਮ ਪਾਸ ਕਰੀ ਜਾਂਦੇ ਆ, ਅਤੇ ਬਸ ਵੱਧ ਤੋਂ ਵੱਧ ਮਦਦ ਹੋਵੇ ਇਹਨਾਂ ਦੀ। ਤਾਂ ਸਾਡੇ ਨਾਲ ਉਹਨਾਂ ਦੇ ਫਾਦਰ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਕੀ ਨਾਂ ਜੀ ਤੁਹਾਡਾ? ਬਲਜੀਤ ਸਿੰਘ ਜੀ। ਬਲਜੀਤ ਸਿੰਘ ਜੀ, ਕੀ ਕਹਿਣਾ ਚਾਹੋਗੇ ਤੁਹਾਡੇ ਬੱਚੇ ਵਿੱਚ ਜਿਹੜਾ ਟੈਲੈਂਟ ਆ, ਕਦੋਂ ਤੋਂ ਸ਼ੌਂਕ ਪਿਆ ਇਹਨੂੰ ਇਸ ਚੀਜ਼ਾਂ ਬਣਾਉਣ ਦਾ? ਇਹਦਾ ਜੀ ਪਹਿਲਾਂ ਅਸੀਂ ਭੱਠੇ ਦੇ ਕੰਮ ਕਰਦੇ ਰਹੇ ਹਾਂ ਜੀ, ਭੱਠੇ ਦੇ ਕੰਮ ਕਰਦੇ ਅਤੇ ਮੁੜ ਕੇ ਅਸੀਂ ਆਖਿਆ ਵੀ ਇਹਦੇ 'ਚ ਕੋਈ ਫਾਇਦਾ ਨਹੀਂ, ਅਤੇ ਪੜ੍ਹਨ ਲਾਈਏ ਮੁੰਡੇ ਨੂੰ, ਅਤੇ 7ਵੀਂ ਕਲਾਸ 'ਚ ਪੜ੍ਹਦਾ, ਅਤੇ ਮੁੜ ਕੇ ਇਹ ਕਹਿੰਦਾ ਵੀ ਆ ਜਦੋਂ ਸਕੂਲੋਂ ਆ ਜਾਂਦਾ ਨਾ ਇਹ ਕਿਸੇ ਜਵਾਕ ਸਾਗਰ ਵਾਲੇ, ਅਤੇ ਜੇ ਕੋਈ ਜਵਾਕ ਆ ਵੀ ਜਾਂਦਾ ਤਾਂ ਉਦੋਂ ਹਟ ਜਾਂਦਾ ਬਣਾਉਣੋਂ ਮੂਰਤੀਆਂ, ਅਤੇ ਬਸ ਸਕੂਲੋਂ ਆ ਗਏ ਅਤੇ ਇੱਥੇ ਮੂਰਤੀਆਂ ਬਣਾਉਣ ਲੱਗ ਜਾਂਦਾ, 4 ਟਰੈਕਟਰ ਬਣਾਏ ਆ। ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਕੀ ਅਪੀਲ ਕਰਨੀ ਚਾਹੋਗੇ ਮਦਦ ਲਈ? ਇਹ ਮਦਦ ਜੀ ਕਾਹਦੀ, ਗਰੀਬਾਂ ਦੀ ਕਰਦੇ ਆ, ਬਸ ਕਹਿ ਦਿੰਦੇ ਮਦਦ ਕਰਾਂਗੇ, ਕਰਨਾ ਕਰਾਉਣਾ ਕੀ ਆ, ਜਦੋਂ ਵੋਟਾਂ ਹੁੰਦੀਆਂ ਵੋਟਾਂ ਲੈ ਕੇ ਅਤੇ ਆਪਦੇ ਬਹਿ ਜਾਂਦੇ ਆ, ਮੁੜ ਕੇ ਕੋਈ ਬਾਤ ਨਹੀਂ ਪੁੱਛਦਾ ਗਰੀਬਾਂ ਦੀ, ਕਹਿ ਦਿੰਦੇ ਤੁਹਾਡਾ ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਕਰਨਾ ਕਰਾਉਣਾ ਕੀ ਆ ਇਹਨਾਂ ਨੇ, ਇਹਨਾਂ ਦੀਆਂ ਗੱਲਾਂ ਹੁੰਦੀਆਂ, ਮੁੜ ਕੇ ਕਿਹੜਾ ਬਾਤ ਪੁੱਛਦਾ ਇਹ। ਹੁਣ ਬੱਚੇ ਲਈ ਕੀ ਕਹਿਣਾ ਚਾਹੋਗੇ, ਕੀ ਉਸਦੀ ਅੱਗੇ ਤਰੱਕੀ ਵਾਸਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਕੀ ਅਪੀਲ ਕਰਨੀ ਚਾਹੋਗੇ? ਇਹਦਾ ਜੀ ਗਰੀਬ ਦੀ ਮਦਦ ਕਰਨ ਅਤੇ ਇਦੂ ਵੀ ਤਰੱਕੀ ਕਰੇ, ਅਤੇ ਜੇ ਇਹਨਾਂ ਨੇ ਮਦਦ ਨਹੀਂ ਕਰਨੀ ਤਾਂ ਤਰੱਕੀ ਤਾਂ ਫਿਰ ਗਰੀਬਾਂ ਦੀ ਕਾਹਦੀ ਹੁੰਦੀ ਆ, ਜਿਹੜੀ ਅਸੀਂ ਲਿਆਉਂਦੇ ਹਾਂ ਉਹ ਖਾ ਪੀ ਲਈਦੀ ਆ, ਅਤੇ ਮੁੜ ਕੇ ਅਸੀਂ ਕਿਸੇ ਤੋਂ ਫੜ ਕੇ ਅਤੇ ਅਸੀਂ ਪੈਸੇ, ਅਤੇ ਜੋ ਪਿਆ ਪੈਪ ਮੰਗਦਾ ਅਸੀਂ ਪੈਪ ਲਿਆ ਦਿੰਦੇ ਹਾਂ, ਜੇ ਕੋਈ ਨਿੱਕੇ ਨਿੱਕੇ ਖਿਡੌਣੇ ਮੰਗਦਾ ਅਸੀਂ ਉਹ ਲਿਆ ਦਿੰਦੇ ਹਾਂ, ਅਤੇ ਗਰੀਬਾਂ ਘਰਾਂ 'ਚ ਕੀ ਹੁੰਦਾ? ਕਿੰਨਾ ਕੁ ਸਮਾਨ ਜਿਹੜਾ ਹੁਣ ਤੱਕ ਤਿਆਰ ਕਰ ਚੁੱਕਿਆ? ਇਹਦਾ ਜੀ 4 ਟਰੈਕਟਰ ਆ, ਪਹਿਲਾਂ ਮੂਰਤੀਆਂ ਬਣਾਉਂਦਾ ਜੀ, ਹੁਣ 4 ਟਰੈਕਟਰ ਬਣਾ ਲਏ ਆ, ਉਹ ਸੋਲਰ 'ਤੇ ਚੱਲਦੇ ਆ, ਅਤੇ ਜਾਂ ਨਿੱਕੀ ਨਿੱਕੀਆਂ ਜਿਹੜੀਆਂ ਮੋਬਾਈਲਾਂ 'ਚ ਬੈਟਰੀਆਂ ਪੈਂਦੀਆਂ ਅਤੇ ਉਹ ਬਾ ਉਹਨਾਂ 'ਤੇ ਚਲਾ ਚਲੂ ਲੈਂਦਾ, ਅੱਜ ਤੁਹਾਨੂੰ ਚਲਾ ਕੇ ਵਿਖਾਉਣੀਆਂ ਜੀ, ਗਲਗਾ ਬੱਦਲਬਾਜ਼ੀ ਕਰਕੇ ਅਤੇ ਚੱਲਣੀਆਂ ਕਾਹਦੀਆਂ ਜੀ। ਤਾਂ ਇਹ ਸੀ ਸਾਡੇ ਨਾਲ ਪਵਨਦੀਪ ਦੇ ਪਰਿਵਾਰਕ ਮੈਂਬਰ, ਜਿਨ੍ਹਾਂ ਦਾ ਕਹਿਣਾ ਹੈ ਕਿ ਪਵਨਦੀਪ ਪੜ੍ਹਾਈ ਦੇ ਨਾਲ ਨਾਲ ਆਪਣੀ ਮਿਹਨਤ ਵੀ ਕਰ ਰਿਹਾ ਹੈ, ਟਰੈਕਟਰਾਂ ਤੋਂ ਲੈ ਕੇ ਜਿਹੜੀਆਂ ਮੂਰਤੀਆਂ ਉਹਨਾਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ, ਉਹਨਾਂ ਨੇ ਮੰਗ ਕੀਤੀ ਹੈ ਕਿ ਉਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਉਹ ਅੱਗੇ ਜਾ ਕੇ ਹੋਰ ਤਰੱਕੀਆਂ ਕਰ ਸਕੇ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ,
ग्लोबल पंजाब टीवी। हुण तुसी देख सकते हो ग्लोबल पंजाब टीवी नू डाउनलोड करो साडी ऐप एंड्रॉयड जा iOS ते फ्री विच रोकू अते Amazon Fire TV ते जा Apple TV ते नाल ही देख सकते हो लाइव स्ट्रीमिंग www.globalpunjabtv.com ते।